ਉਧਰ ਪਟਿਆਲਾ ਵਿੱਚ ਨਸ਼ੇ 'ਚ ਧੁੱਤ ਹੋਏ ਵਿਅਕਤੀ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ। ਪਟਿਆਲਾ ਰੇਲਵੇ ਸਟੇਸ਼ਨ ਮਾਲ ਗੱਡੀ ਹੇਠਾਂ ਆਉਣ ਕਰਕੇ ਉਕਤ ਵਿਅਕਤੀ ਦੀ ਦੋਵੇਂ ਲੱਤਾਂ ਕੱਟ ਗਈਆਂ ਜੋ ਕਿ ਨਸ਼ੇ ਦਾ ਆਦੀ ਸੀ। ਜਾਣਕਾਰੀ ਮੁਤਾਬਕ ਇਸ ਵਿਅਕਤੀ ਨੇ ਨਸ਼ੇ ਦੀ ਹਾਲਤ ਵਿੱਚ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਚੱਲਦੇ ਉਕਤ ਵਿਅਕਤੀ ਮਾਲ ਗੱਡੀ ਹੇਠਾਂ ਆ ਗਿਆ ਅਤੇ ਉਸਦੀਆਂ ਦੋਵੇਂ ਲੱਤਾਂ ਕੱਟ ਗਈਆਂ। ਫਿਲਹਾਲ ਉਕਤ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਅਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਫੀ ਦਿਨਾਂ ਤੋਂ ਨਸ਼ੇ ਕਰ ਰਹੇ ਸੀਗੇ, ਇਹ ਨਸ਼ੇ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਇਹਨਾਂ ਦੀ। ਇਹਨਾਂ ਨੇ ਕੱਲ੍ਹ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਕੱਲ੍ਹ ਵੀ ਇਹਨਾਂ ਨੂੰ ਰੇਲਵੇ ਪੁਲਿਸ ਨੇ ਬਚਾ ਲਿਆ ਸੀਗਾ। ਥਾਣੇ 'ਚ ਰਿਪੋਰਟ ਇਹਨਾਂ ਦੀ ਦਰਜ ਹੋਈ ਪਈ ਹੈ, ਬਿਆਨ ਹੋਏ ਪਏ ਅਤੇ ਅੱਜ ਇਹ ਫਿਰ ਘਰੋਂ ਸਾਨੂੰ ਇਹੀ ਕਹਿ ਕੇ ਨਿਕਲੇ ਹਾਂ ਵੀ ਮੈਂ ਦਵਾਈ ਲੈਣ ਜਾ ਰਿਹਾ ਅਤੇ ਉਸ ਤੋਂ ਬਾਅਦ ਇਹਨਾਂ ਨੇ ਦਾਰੂ ਪੀਤੀ ਹੈ। ਦਾਰੂ ਪੀ ਕੇ ਇਹਨਾਂ ਨੇ ਬੰਦਾ ਨਾਲ ਮੈਸੇਜ ਆਇਆ, ਹੁਣੇ ਮੈਸੇਜ ਆਇਆ ਜੀ, ਆਈਓ ਭੇਜਾਂਗੇ ਫਿਰ ਪਤਾ ਲੱਗੂਗਾ ਸਰ ਹਾਲਾਤ ਨੂੰ। ਇੱਕ ਪਹਿਲਾਂ ਵੀ ਉਸਦੇ ਖਿਲਾਫ ਇੱਕ ਦਰਖਾਸਤ ਦਿੱਤੀ ਗਈ ਹੈ, ਕੱਲ੍ਹ ਵੀ ਉਹਦੇ ਖਿਲਾਫ ਕੇਸ ਕੀਤਾ ਗਿਆ ਕਿ ਉਹ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਸਮਝਾ ਕੇ ਭੇਜਿਆ ਗਿਆ, ਕੱਲ੍ਹ ਵੀ ਦਰਖਾਸਤ ਜਮ੍ਹਾਂ ਉਹਦੇ। ਕੱਲ੍ਹ ਤਾਂ ਤੁਹਾਨੂੰ ਕਹਿੰਦੇ, ਕੱਲ੍ਹ ਤਾਂ ਨਹੀਂ ਕਹੇ ਕੁਛ, ਕੱਲ੍ਹ ਤਾਂ ਪਤਾ ਨਹੀਂ ਕੱਲ੍ਹ ਵਾਲਾ ਕਿ ਕੌਣ ਉਹ, ਕੱਲ੍ਹ ਤਾਂ ਪਤਾ ਨਹੀਂ ਲੱਗਿਆ ਨਹੀਂ ਕੱਲ੍ਹ ਆਇਆ ਕੌਣ ਆ, ਇਹ ਬੰਦਾ ਕੌਣ ਆ ਜੀ। ਉਹ ਆਈਓ ਭੇਜਾਂਗੇ ਜੀ, ਜਿਵੇਂ ਜਿਵੇਂ ਉਹਦੇ ਬਿਆਨ ਲੈ ਕੇ ਜੀ ਬਣਦੀ ਕਰਨ ਕਰਾਂਗੇ। For all updated news, please subscribe Aone News and ring the bell.